ਸਤਿ ਸ਼੍ਰੀ ਅਕਾਲ ਜੀ, ਤੁਸੀਂ ਬਣੇ ਹੋਏ ਹੋ ਰੋਜ਼ਾਨਾ ਟਾਈਮਸ ਦੇ ਨਾਲ। ਲਗਾਤਾਰ ਭ੍ਰਿਸ਼ਟਾਚਾਰ ਮੁਹਿੰਮ ਜੋ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਵੱਡੇ ਵੱਡੇ ਅਫਸਰ ਭ੍ਰਿਸ਼ਟਾਚਾਰ ਕਰਦੇ, ਰਿਸ਼ਵਤ ਲੈਂਦੇ, ਰੰਗੇ ਹੱਥੀ ਫੜੇ ਜਾ ਰਹੇ ਹਨ, ਉੱਥੇ ਹੀ ਦੇਰ ਰਾਤ ਜੋ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਰੰਗੇ ਹੱਥੀ ਵਿਜੀਲੈਂਸ ਬਿਊਰੋ ਦੇ ਅਫਸਰਾਂ ਨੇ ਰੰਗੇ ਹੱਥੀ ਫੜ ਲਿਆ। ਦਰਅਸਲ ਜੀਰਕਪੁਰ ਦੇ ਵਿੱਚ ਜੋ ਵਿਜੀਲੈਂਸ ਬਿਊਰੋ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਕਈ ਦਿਨਾਂ ਤੋਂ ਰਿਡਾਰ ਤੇ ਸੀ, ਪੁੱਛਗਿੱਛ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇਸ ਮਾਮਲੇ ਨੂੰ ਦਬਾਉਣ ਲਈ ਉਸਨੇ 50 ਲੱਖ ਰੁਪਏ ਦੀ ਰਿਸ਼ਵਤ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ SSP ਮਨਮੋਹਨ ਸਿੰਘ ਨੇ ਉਹਨਾਂ ਨੂੰ ਜੀਰਕਪੁਰ ਦੇ ਵਿੱਚ ਕਾਬੂ ਕਰ ਲਿਆ, ਕਿਉਂਕਿ ਕਈ ਦਿਨਾਂ ਤੋਂ ਵਿਜੀਲੈਂਸ ਬਿਊਰੋ ਦੀ ਰਿਡਾਰ ਤੇ ਸੀ, ਪੁੱਛਗਿੱਛ ਕੀਤੀ ਜਾ ਰਹੀ ਸੀ। ਇੰਡਸਟਰੀ ਏਰੀਏ ਦੇ ਇੱਕ ਪਲਾਟ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸੀ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ, ਜਿਸ ਤੋਂ ਬਾਅਦ ਉਸਨੇ ਇਸ ਮਾਮਲੇ ਦਬਾਉਣ ਦੇ ਲਈ ਰਿਸ਼ਵਤ ਦਿੱਤੀ। ਪਰ ਉੱਤੇ ਹੀ SSP ਵਿਜੀਲੈਂਸ ਬਿਊਰੋ ਦੇ ਮਨਮੋਹਨ ਸਿੰਘ ਨੇ ਉਹਨੂੰ ਰੰਗੇ ਹੱਥੀ ਕਾਬੂ ਕਰ ਲਿਆ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਉਹਨਾਂ ਦਾ ਮੈਡੀਕਲ ਹੋਵੇਗਾ ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੇਖਦੇ ਹਾਂ ਕਿ ਕਿੰਨੇ ਦਿਨ ਦੀ ਰਿਮਾਂਡ ਮਿਲਦੀ, ਜਿਸ ਤੋਂ ਬਾਅਦ ਪੁੱਛਗਿੱਛ ਦਰਾਈ ਕਿਹੜੇ ਕਿਹੜੇ ਕਰਮਚਾਰੀ ਤੇ ਇਹਨਾਂ ਕਿਹਨਾਂ ਦਾ ਨਾਮ ਆਵੇਗਾ, ਉਹਨਾਂ ਦੀ ਵੀ ਜਾਂਚ ਕੀਤੀ ਜਾਵੇਗੀ। ਬੜੀ ਇੰਪੋਰਟੈਂਟ ਜਿਹੜੀ ਵਿਜੀਲੈਂਸ ਦੀ ਕਾਰਵਾਈ ਕੀਤੀ ਗਈ ਹੈ, ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕੱਲ੍ਹ ਰਾਤੀ ਜਿਹੜੇ ਫਾਰਮਰ ਮਿਨਿਸਟਰ ਸੀ ਮਿਸਟਰ ਸ਼ਾਮ ਸੁੰਦਰ ਅਰੋੜਾ, ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੈ। ਜਿਹੜੇ ਸਾਡੇ AIG ਸੀ ਮਨਮੋਹਨ ਕੁਮਾਰ ਸ਼ਰਮਾ, ਉਹਨਾਂ ਨੂੰ 50 ਲੱਖ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। ਬੇਸਿਕਲੀ ਇਹਦੀ ਬੈਕਗਰਾਉਂਡ ਥੋੜ੍ਹੀ ਜਿਹੀ ਮੈਂ ਦੱਸ ਦੇਵਾਂ ਕਿ ਜਿਹੜੇ ਮਿਨਿਸਟਰ ਹੈਗੇ ਫਾਰਮਰ, ਇਹਨਾਂ ਦੇ ਖਿਲਾਫ਼ ਇੱਕ ਤਾਂ DA ਦਾ ਕੇਸ, ਜਿਹੜਾ ਡਿਸਪ੍ਰਪੋਰਸ਼ਨੇਟ ਅਸੈਟਸ ਹੈ, ਉਹਦਾ ਕੇਸ ਦੀ ਜਿਹੜੀ ਵਿਜੀਲੈਂਸ ਜਿਹੜੀ ਇਨਕੁਆਇਰੀ ਚੱਲ ਰਹੀ ਸੀ, ਪਲੱਸ ਕੁਛ ਹੋਰ 2-3 ਜਿਹੜੀਆਂ ਇਰੈਗੂਲੈਰਿਟੀ ਸੀ ਇਹਨਾਂ ਦੇ ਜਿਹੜੇ ਟਨਿਓਰ ਦੇ ਦੌਰਾਨ ਹੋਇਆ, ਉਹਦੀ ਵੀ ਵੇਰੀਫਿਕੇਸ਼ਨ ਚੱਲ ਰਹੀ ਸੀ। ਅਤੇ ਉਹਨਾਂ ਤੋਂ ਬਚਣ ਲਈ ਇਹਨਾਂ ਨੇ 14 ਤਰੀਕ ਨੂੰ ਇਹਨਾਂ ਨੂੰ ਕੰਟੈਕਟ ਕੀਤਾ, ਜਿਹੜੇ AIG ਮਨਮੋਹਨ ਕੁਮਾਰ ਸੀ ਵਿਜੀਲੈਂਸ ਦੇ ਫਲਾਇੰਗ ਸਕੁਆਡ ਦੇ, ਜਿਹੜੇ ਇਹ ਜਿਹੜੀਆਂ DA ਦਾ ਕੇਸ ਅਤੇ ਜਿਹੜੀਆਂ ਇਨਕੁਆਇਰੀਆਂ ਸੁਪਰਵੀਜ਼ਨ 'ਤੇ ਕਰ ਰਹੇ ਗਏ ਸੀ। ਅਤੇ ਇਹਨਾਂ ਨੂੰ ਕੰਟੈਕਟ ਕਰਕੇ ਕਿਹਾ ਕਿ ਮੈਂ ਤੁਹਾਡੇ ਘਰ ਆਉਣਾ ਵਾਂ, ਅਤੇ ਇਹ ਫਿਰ ਇਹਨਾਂ ਦੇ ਘਰ ਆ ਗਏ 14 ਨੂੰ, ਸਵਿੱਤਰੀ ਇਨਕਲੇਵ ਰਹਿੰਦੇ ਹੈਗੇ ਆ। ਅਤੇ ਪਾਣੀ ਥੋੜ੍ਹੀ ਬਹੁਤੀ ਇਹਨਾਂ ਦੀ ਜਾਣ ਪਛਾਣ ਹੈਗੀ ਸੀ, ਉਹ ਇਹਨਾਂ ਨੇ ਘਰੇਲੂ ਗੱਲਾਂ, ਫਿਰ ਨਾਲ ਹੀ ਇਹਨਾਂ ਨੇ ਇਹ ਸ਼ੁਰੂ ਕਰਤੀ ਗੱਲ ਕਿ ਤੁਸੀਂ ਮੈਨੂੰ ਇਸ ਕੇਸ 'ਚ ਜਿਹੜੇ ਹੈਗੇ ਆ ਮੇਰੇ ਕੇਸ 'ਚ ਮੇਰੀ ਮਦਦ ਕਰੋ, ਮੈਨੂੰ ਕਢਵਾਓ, ਅਤੇ ਇਹਦੇ ਲਈ ਮੈਂ ਤੁਹਾਨੂੰ 1 ਕਰੋੜ ਰੁਪਇਆ ਵੀ ਦੇ ਦੇਵਾਂਗਾ। ਅਤੇ ਇਹਨਾਂ ਨੂੰ ਹੈਰਾਨ ਹੋ ਗਿਆ ਕਿ ਇਹ ਕੀ ਗੱਲ ਹੋ ਗਈ, ਇਹ ਤਾਂ ਮਿਲਣ ਆਏ ਸੀ ਇਹਨੂੰ ਕੋਈ ਗੱਲ, ਅਤੇ ਕਹਿੰਦਾ ਮੈਂ ਤੁਹਾਨੂੰ ਕੱਲ੍ਹ ਆ ਕੇ 50 ਲੱਖ ਰੁਪਇਆ ਦੇ ਦਾਂਗਾ, ਬਾਕੀ ਫਿਰ ਮੈਂ ਬਾਅਦ 'ਚੋਂ ਦੇ ਦਾਂਗਾ। ਸੋ ਉਹ ਕਹਿ ਕੇ ਨਿਕ ਚਲੇ ਗਏ ਇਹਨਾਂ ਦੇ ਘਰੋਂ। ਫਿਰ ਇਹਨਾਂ ਨੇ ਫਿਰ ਸਾਡੇ ਨੋਟਿਸ 'ਚ ਲਿਆਂਦੀ ਮਨਮੋਹਨ ਕੁਮਾਰ ਜੀ ਨੇ ਕਿ ਇਹ ਗੱਲ ਹੋਈ ਹੈ, ਅਤੇ ਅਸੀਂ ਤਾਂ ਸ਼ੌਕ ਰਹਿ ਗਏ ਕਿ ਇਹ ਕੰਮ ਕਿਹੜੇ ਚੱਕਰਾਂ 'ਚ ਪੈ ਗਏ ਨੇ ਹੈ। ਅਤੇ ਅਸੀਂ ਕਿਹਾ ਕਿ ਨਹੀਂ ਹੈ, ਫਿਰ ਇਸ ਤਰ੍ਹਾਂ ਜੇ ਜਿਹੜੇ ਹੈਗੇ ਇਹਦੀ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈਗੀ ਹੈ। ਅਤੇ ਉਸ ਬੇਸ 'ਤੇ ਇਹਨਾਂ ਦੀ ਇਨਫੋਰਮੇਸ਼ਨ ਦੇ ਬੇਸ 'ਤੇ, ਇਹਨਾਂ ਦੀ ਜਿਹੜੀ ਰਿਟਰਨ ਐਪਲੀਕੇਸ਼ਨ ਕੰਪਲੇਂਟ ਆ ਉਹਦੇ ਬੇਸ 'ਤੇ ਅਸੀਂ ਕੇਸ ਰਜਿਸਟਰ ਕਰਕੇ, ਜਿਹੜਾ ਰਿਵਰਸ ਟਰੈਪ ਇਹਨੂੰ ਕਹਿੰਦੇ ਹੈਗੇ ਆ, ਉਹ ਅਸੀਂ ਲਗਾ ਦਿੱਤਾ। DSP ਅਜੇ ਸ਼ਰਮਾ ਇਹਨਾਂ ਦੇ ਅੰਦਰ ਇੱਕ ਟੀਮ ਕੰਸਟੀਟਿਊਟ ਕੀਤੀ, ਜਿਹਦੇ 'ਚ 2 ਜਿਹੜੇ ਹੈਗੇ ਆ ਸਰਕਾਰੀ ਗਵਾਹ ਵੀ ਰੱਖੇ। ਅਤੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀ ਮੰਤਰੀ ਨੇ ਕਿ ਮੈਂ ਆਵਾਂਗਾ ਅਗਲੇ ਦਿਨ, ਅਤੇ ਇਹ ਆ ਕੇ ਇਹਨਾਂ ਨੂੰ ਕੰਟੈਕਟ ਕੀਤਾ ਕਿ ਮੈਂ ਇੱਥੇ ਆ ਗਿਆ ਵਾਂ, ਅਤੇ ਇਹ ਘਰੇ ਨਹੀਂ ਸੀ। ਇਹਨਾਂ ਨੇ ਕਿਹਾ ਮੈਂ ਘਰੇ ਨਹੀਂ ਹੈਗਾ, ਤੁਸੀਂ ਇਸ ਜਗ੍ਹਾ 'ਤੇ ਆ ਜਾਓ। ਅਤੇ ਉੱਥੇ ਅਸੀਂ ਆਲਰੇਡੀ ਇਹ ਟਰੈਪ ਲੇ ਕੀਤਾ ਹੋਇਆ ਸੀ ਜਿੱਥੇ ਇਹਨਾਂ ਨੇ ਬੁਲਾਇਆ, ਸੋ ਇਟ ਵਾਜ਼ ਪ੍ਰੀ ਪਲੈਨਡ ਕਿ ਇਸ ਜਗ੍ਹਾ 'ਤੇ ਇਹਨਾਂ ਨੂੰ ਬੁਲਾਵਾਂਗੇ। ਸੋ ਜਦੋਂ ਇਹ ਇੱਥੇ ਆ ਕੇ ਇਹਨਾਂ ਨੂੰ ਆ ਕੇ ਇਹਨਾਂ ਦੇ ਗੱਡੀ 'ਚ ਜਿਹੜੇ ਬੈਠ ਗਏ, ਅਤੇ ਫਿਰ ਕਹਿਣ ਲੱਗ ਪਏ ਕਿ ਇਹ ਮੈਂ ਇਸ ਤਰ੍ਹਾਂ ਇਹ ਪੈਸੇ ਵਗੈਰਾ ਲਿਆਂਦੇ, ਅਤੇ ਨਾਲ ਹੀ ਇਹਨਾਂ ਨੇ ਆਪਣੇ ਜਿਹੜਾ ਬੰਦਾ ਸੀ ਇਹਨਾਂ ਦੇ ਨਾਲ ਜਿਹੜਾ ਆਇਆ PA, ਉਹਨਾਂ ਨੂੰ ਕਿਹਾ ਕਿ ਬੈਗ ਜਿਹੜਾ ਪੈਸਿਆਂ ਦਾ ਦੇ ਦਿਉ। ਤਾਂ ਬੈਗ ਜਿਹੜਾ ਲਿਆ ਕੇ ਇਹਨਾਂ ਨੂੰ ਜਦੋਂ ਦੇਣ ਲੱਗੇ, ਗੱਡੀ 'ਚ ਰੱਖਣ ਲੱਗੇ, ਉਸ ਵੇਲੇ ਟੀਮ ਸਾਡੀ ਅਲਰਟ ਸੀ, ਉਹਨਾਂ ਨੇ ਇਹਨਾਂ ਨੂੰ ਜਿਹੜਾ ਪੈਸੇ ਵੀ ਜਿਹੜੇ ਰਿਕਵਰ ਕਰ ਲਏ, ਨਾਲ ਹੀ ਇਹਨਾਂ ਦੀ ਅਰੈਸਟ ਵੀ ਕਰ ਲਈ। ਸਰ ਕਿਸ ਤਰ੍ਹਾਂ ਦਾ ਬੈਗ ਸੀ ਅਤੇ ਕਿੱਦਾਂ ਕਿਹੜੇ ਨੋਟ ਸੀਗੇ?
नोट तो कोई 2000 दे सी कुछ 500 दे नोट आगे सी सर एक काम गिरफ्तार किया गया इल्जाम के लिए दो तीन चीजें हैं सर एक तो आज तो ज्यादा संपत्ति जिहड़े दो तीन दिन पहला भी इथे पहुंचे सीगे तुसी बुलाया सीगा इन्वेस्टिगेशन वास्ते इस तो अलावा भी और दो तीन जिहड़े इल्जाम लगे तुनी केड़े ओदे ते चलदा सी देखो कुछ कुछ इन्होंने इन्होंने टेन्योर समय पहला दसिया कि पंजाब स्टेट इंडस्ट्रियल जी एक्सपोर्ट कारपोरेशन हैगी उन्होंने कुछ जी जमीन सी वो इन्होंने जो सानू प्रिलिमिनरी फाइंडिंग हैगी है कि गलत वो इंडस्ट्रियल जमीन जो प्लॉट्स वगैरह कट के दे दिते गए तो एक इन्हों का जे सी टी की कोई जगह हैगी सी वो भी असी बेसिकली अभी वेरीफिकेशन वो चल रही है प्लस एक डिसप्रोपोर्शनेट असैट्स का जो केस चल रहा है दो तीन इशू हो गए थे जेडे इन्हां दे गिरफ्तार है कॉस्मो जीरकपुर हाँ कॉस्मो मॉल हले तो इन्हों ने गिरफ्तार किया बट बाकी हम वेरीफिकेशन कर रहे टीए का की रोल से सैक्शन 8 है पी सी एक्ट का कि किसी को जरा जो रिश्वत देना भी जो अफेंस कवर होंगे बिलकुल खुद पैसे लैके आया फॉर्मर मिनिस्टर नू रेड हैंडेड विद कैश अरेस्ट किया एग्जैक्टली आज कोर्ट में पेश किया जाऊंगा ये 50 लाख कैश लेके आया सी 50 लाख कैश लेके आया सी 1 करोड़ ਦਾ ਇਹਨਾਂ ਨੇ ਜੋ ਗੱਲਬਾਤ ਕੀਤੀ ਪਹਿਲਾਂ ਤੇ 50 ਕੱਲ ਤੇ ਜੇ ਫਿਰ 50 ਬਾਅਦ ਚ ਇਹਨਾਂ ਨੇ ਦੇਣੇ ਸੀ ਕੀ ਕੋਈ ਸਾ ਡੇਟ ਫਿਕਸ ਸੀ ਕਿ ਇਸ ਡੇਟ ਨੂੰ ਦੇਣੇ ਨਹੀਂ ਡੇਟ ਕੋਈ ਵਗੈਰਾ ਫਿਕਸ ਨਹੀਂ ਕੀ ਸੀ ਸਰ ਕਿਸੇ ਹੋਰ ਅਧਿਕਾਰੀ ਨਾਲ ਵੀ ਕੋਈ ਗੱਲਬਾਤ ਕੀਤੀ ਹੋਵੇ ਅਰੋੜਾ ਜਿੱਦਾਂ ਤੁਸੀਂ ਕਹੋਗੇ ਪਹਿਲੇ ਤਾਂ ਮਨਮੋਹਨ ਸਿੰਘ ਜਨ ਦੀ ਨਾਲ ਗੱਲ ਕੀਤੀ ਹੋਰ ਵੀ ਕਿਸੇ ਅਧਿਕਾਰੀ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਇਹ ਤਾਂ ਕੋਈ ਨੋਟਿਸ ਨਹੀਂ ਆਈ ਹੱਲੇ ਬਟ ਹੋਰ ਵੀ ਕੋਈ ਜਿਹੜੇ ਹੈਗੇ ਨੇ ਇੰਡਸਟਰੀ ਪਲਾਟਸ ਵਾਲਾ ਮਾਮਲਾ ਹੈ ਸਰ ਜਿਹੜਾ ਤਹਿਸੀਲਦਾਰ ਜੇਪੁਰ ਤੋਂ ਗ੍ਰਿਫਤਾਰ ਕੀਤਾ ਸੀ ਉਸਦੇ ਨਾਲ ਹੀ ਲਿੰਕ ਇਸ ਨਹੀਂ ਉਹਦੇ ਨਾਲ ਉਹ ਤਾਂ ਅਲੱਗ ਇਸ਼ੂ ਹੈ ਬਾਬਾ देखो इस स्टेज ते कुछ कह नहीं सकते बट बाद देखो ये तो है ही है मतलब कि जिन्होंने कहें ना हद ही पार हो जाती है गल तो एडा वा जरा बिलकुल डिजर्व करते हैं हाँ अज कोर्ट दसो आज इतनी कर लिए देखते हैं देखो इन्वेस्टिगेशन चल रही है फ्यूचर च की कह सकते ओदे बारे सर क्योंकि शाम सिंह अरोड़ा दो दिन पहला जो बुलाया सी 11 बजे तो लेके 2:30 बजे तक इन्वेस्टिगेशन हुई सी ਤਾਂ ਉਹ ਵੀ ਇਹ ਕਹਿੰਦੇ ਨਜ਼ਰ ਆਏ ਸੀ ਕਿ ਜਸਟ ਮੈਨੂੰ ਪ੍ਰਾਪਰਟੀ ਦੇ ਡਾਕੂਮੈਂਟ ਮੇਰੇ ਕੋਲ ਮੰਗਾਏ ਸੀਗੇ ਤਾਂ ਕਈ ਚੀਜ਼ਾਂ ਕੁਝ ਸਰ ਨਿਕਲ ਕੇ ਇਨਵੈਸਟੀਗੇਸ਼ਨ 'ਚ ਆਈ ਹੈ ਕਿਉਂਕਿ ਆਬਵੀਅਸ ਜਿੱਦਾਂ ਉਹ ਰਿਸ਼ਵਤ ਦੇਣ ਦੀ ਗੱਲ ਕਰ ਰਹੇ ਹਾਂ ਕਿ 1 ਕਰੋੜ ਦੇ ਦਾਗਾ ਮੈਨੂੰ ਕੇਸ ਟੋਕਦਾ ਪਰ ਕਿਤੇ ਨਾ ਕਿਤੇ ਕਈ ਚੀਜ਼ਾਂ ਤਾਂ ਦੇਖੋ ਇਹ ਦੋ ਵਾਰੀ ਸਾਡੇ ਕੋ ਆਏ ਆ ਪਹਿਲੀ ਵਾਰੀ ਸੀ ਅਸੀਂ ਡੀਏ ਦਾ ਜਿਹੜਾ ਕੇਸ ਪ੍ਰਾਪਰਟੀਜ਼ ਵਗੈਰਾ ਉਹ ਚੰਦੀ ਵੈਰੀਫਿਕੇਸ਼ਨ ਕਰਨੀ ਹੁੰਦੀ ਫਿਰ ਸੈਕਿੰਡ ਵਾਰੀ ਵੀ ਹੈ ਦੋ ਵਾਰੀ ਆਇਆ ਸੀ ਬਟ ਡੀਏ ਦਾ ਪਲੱਸ ਹੈ ਕੁਝ ਵੈਰੀਫਿਕੇਸ਼ਨ ਜਿਹੜੀਆਂ ਚੱਲੀਆਂ ਸੀ ਮੈਂ ਦੱਸ ਹੀ ਚੁੱਕਾ ਇਸ ਬਾਰੇ